ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 7ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਉਸ ਦਾ ਲੈਸਨ ਨੰਬਰ 6 ਮਾਉਂਟੇਨियर्स ਅਰਥਾਤ ਪਹਾੜਾਂ ਤੇ ਚੜਨ ਵਾਲੇ ਉਸ ਦੀ ਐਕਟੀਵਿਟੀ ਨੰਬਰ 1 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਬੜੀ ਮਹੱਤਵਪੂਰਨ ਹੈ ਇਸ ਦਾ ਸਿਰਲੇਖ ਹੈ ਪ੍ਰੀ ਰੀਡਿੰਗ ਅਰਥਾਤ ਪੜਨ ਤੋਂ ਪਹਿਲਾਂ ਅਰਥਾਤ ਸਬਕ ਪੜਨ ਤੋਂ ਪਹਿਲਾਂ ਇਸ ਐਕਟੀਵਿਟੀ ਵਿੱਚ ਕੁਝ ਚੋਣਵੇਂ ਸ਼ਬਦ ਨੇ ਜਿਹੜੇ ਕਿ ਉਸ ਸਬਕ ਵਿੱਚ ਉਲੇਗੇ ਨੇ ਤੇ ਉਹ ਸ਼ਬਦਾਂ ਦੇ ਮਤਲਬ ਤੇ ਉਹਨਾਂ ਦੇ ਰੂਪ ਜਿਹੜੇ ਨੇ ਮਤਲਬ ਕੀ ਉਹ ਕਿਸ ਰੂਪ ਵਿੱਚ ਆਏ ਨੇ ਫਿਗਰ ਉਸ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਉਹ ਵਰਬ ਹੈਗੀ ਹੈ ਐਡਜੈਕਟਿਵ ਹੈਗੀ ਹੈ ਨਾਉਨ ਹੈਗਾ ਉਹ ਜਾਣਕਾਰੀ ਲਵਾਂਗੇ ਬੜੀ ਮਹੱਤਵਪੂਰਨ ਹੈ ਬੋਲੀ ਦੀ ਮੁਹਾਰਤ ਹਾਸਲ ਕਰਨ ਲਈ ਸੋ ਤੁਸੀਂ ਸਾਰੇ ਨੋਟਬੁੱਕ ਲੈ ਲਓ ਪੈਨ ਲੈ ਲਓ ਤੇ ਸਾਰੀਆਂ ਗੱਲਾਂ ਤੁਸੀਂ ਨੋਟ ਕਰੀ ਜਾਣੀਆਂ ਸੋ ਐਕਟੀਵਿਟੀ 1 ਕੀ ਕਹਿੰਦੀ ਹੈ ਲੁੱਕ ਅਪ ਦੀ ਫਾਲੋਇੰਗ ਵਰਡਸ ਅਰਥਾਤ ਹੇਠ ਲਿਖੇ ਸ਼ਬਦਾਂ ਨੂੰ ਦੇਖੋ ਇਨ ਅ ਡਿਕਸ਼ਨਰੀ ਡਿਕਸ਼ਨਰੀ ਵਿੱਚ ਯੂ ਸ਼ੁੱਡ ਸੀਕ ਤੁਹਾਨੂੰ ਖੋਜਣਾ ਚਾਹੀਦਾ ਹੈ ਸੀਕ ਮੈਨੇ ਖੋਜਣਾ ਤੁਹਾਨੂੰ ਖੋਜਣਾ ਚਾਹੀਦਾ ਹੈ ਕਿ ਦੀ ਫਾਲੋਇੰਗ ਇਨਫੋਰਮੇਸ਼ਨ ਹੇਠ ਲਿਖੀ ਜਾਣਕਾਰੀ ਅਬਾਊਟ ਦੀ ਵਰਡਸ ਇਹਨਾਂ ਸ਼ਬਦਾਂ ਬਾਰੇ ਐਂਡ ਪੁੱਟ ਥੈਮ ਇਨ ਯੂਅਰ ਵਰਡਸ ਨੋਟਬੁੱਕ ਤੇ ਉਹ ਸਾਰੀ ਜਾਣਕਾਰੀ ਨੂੰ ਤੁਸੀਂ ਆਪਣੀ ਨੋਟਬੁੱਕ ਵਿੱਚ ਉਤਾਰ ਲੈਣੀ ਹੈ ਪੁੱਟ ਦੇ ਮੈਨੇ ਉੱਥੇ ਲਿਖਤੀ ਰੂਪ ਵਿੱਚ ਇਹ ਮਤਲਬ ਕਿ ਦਰਜ ਕਰ ਲੈਣੀ ਹੈ ਠੀਕ ਹੈ ਉਹ ਕਿਹੜੀ ਕਿਹੜੀ ਜਾਣਕਾਰੀ मीनिंग ਆਫ ਦਾ ਵਰਡ ਐਜ਼ ਯੂਜ਼ਡ ਇਨ ਦੀ ਚੈਪਟਰ ਇਸ ਲੈਸਨ ਵਿੱਚ ਵਿੱਚ ਇਸ ਸਬਕ ਵਿੱਚ ਉਹ ਜਿਹੜਾ ਸ਼ਬਦ ਹੈ ਕਿਸ ਮਤਲਬ ਦੇ ਵਿੱਚ ਆਇਆ ਹੈ ਉਹ ਮਤਲਬ ਲਿਖਣਾ ਹੈ ਫਿਰ ਉਹ ਐਡਜੈਕਟਿਵ ਹੈ ਵਿਸ਼ੇਸ਼ਣ ਹੈਗਾ ਨਾਉਨ ਨਾਮ ਹੈਗਾ ਵਰਬ ਕਿਰਿਆ ਹੈਗੀ ਹੈ ਉਹ ਲਿਖਣਾ ਹੈ ਪ੍ਰੋਨਨਸੀਏਸ਼ਨ ਇਸ ਸ਼ਬਦ ਨੂੰ ਉਚਾਰਨ ਕਿਵੇਂ ਕਰਨਾ ਹੈ ਉਹ ਮੈਂ ਤੁਹਾਨੂੰ ਬੋਲ ਕੇ ਦੱਸਾਂਗਾ ਉਹ ਨਾਲ ਪਤਾ ਲੱਗ ਜਾਏਗਾ ਤੇ ਤੀਜੀ ਵਾਲੇ ਸਪੈਲਿੰਗਸ ਸਪੈਲਿੰਗਸ ਵੱਲੇ ਧਿਆਨ ਦੇਖਣਾ ਹੈ ਅਰਥਾਤ ਅੱਖਰ ਜੋੜ ਸੋ ਸਪੈਲਿੰਗ ਸਾਹਮਣੇ ਲਿਖੇ ਹੋਏ ਹੋਣਗੇ ਤੁਸੀਂ ਲਿਖਣ ਲੱਗੇ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਸਹਿਜੇ ਸਹਿਜੇ ਧਿਆਨ ਨਾਲ ਦੇਖ ਕੇ ਲਿਖਣਾ ਹੈ ਤਾਂ ਕਿ ਸਪੈਲਿੰਗ ਗਲਤ ਨਾ ਲਿਖੇ ਜਾਣ ਠੀਕ ਹੈ ਤੇ मीनिंग ਮੈਂ ਤੁਹਾਨੂੰ ਅੰਗਰੇਜ਼ੀ ਦੇ ਅੰਗਰੇਜ਼ੀ ਵਿੱਚ ਵੀ ਦੱਸਾਂਗਾ ਤੇ ਨਾਲ ਅੰਗਰੇਜ਼ੀ ਦੇ ਪੰਜਾਬੀ ਵਿੱਚ ਵੀ ਦੱਸਾਂਗਾ ਅੰਗਰੇਜ਼ੀ ਦੇ ਅੰਗਰੇਜ਼ੀ ਵਿੱਚ ਦੱਸਣ ਦਾ ਇਹ ਲਾਭ ਹੈ ਕਿ ਤੁਹਾਡਾ ਸ਼ਬਦਾਂ ਦਾ ਭੰਡਾਰ ਜ਼ਿਆਦਾ ਹੋ ਜਾਏਗਾ ਠੀਕ ਹੈ ਜਿੰਨੂ ਸੀ ਕਿਨਿਆ ਸਮਾਨਾਰਥਕ ਸ਼ਬਦ ਸੋ ਆਓ ਸ਼ੁਰੂ ਕਰੀਏ ਸੀ ਲੈਵਲ ਸੀ ਲੈਵਲ ਬੱਚਿਓ ਨਾਉਨ ਹੈਗਾ ਨਾਉਨ ਹੈਗਾ ਲੈਵਲ ਆਫ ਓਸ਼ੀਅਨਸ ਸਰਫੇਸ ਅਰਥਾਤ ਸਮੁੰਦਰ ਦਾ ਤਲ ਸੋ ਸਮੁੰਦਰ ਦਾ ਤਲ ਜੋ ਉਚਾਈਆਂ ਅਤੇ ਡੁਹਾਈਆਂ ਮਾਪਣ ਲਈ ਵਰਤਿਆ ਜਾਂਦਾ ਹੈ ਜਿਵੇਂ ਥਰਮੋਮੀਟਰ ਦਾ ਬੱਚਿਓ ਇੱਕ ਸਿਫਰ ਹੁੰਦਾ ਹੈ ਕਿ ਜਿੱਲੇ ਅਸੀਂ ਕਿੰਨਿਆ ਬਰਫ਼ ਜੰਮ ਜਾਂਦੀ ਏ ਤਾਪਮਾਨ 0 ਡਿਗਰੀ ਸੈਲਸੀਅਸ ਹੋ ਗਿਆ ਤੇ ਉਹਦੇ ਉੱਪਰਲਾ ਟੈਂਪਰੇਚਰ ਪੋਜ਼ਿਟਿਵ ਹੁੰਦਾ ਹੈ ਥਲੜਾ ਟੈਂਪਰੇਚਰ ਨੈਗੇਟਿਵ ਹੁੰਦਾ ਜਿਸ ਨੂੰ ਸੀ ਨੇ ਰਿਣਾਤਮਕ ਤੇ ਉੱਪਰਲਾ ਪੋਜ਼ਿਟਿਵ ਜਿਸ ਨੂੰ ਗਰੇ ਧਨਾਤਮਕ ਇਸੇ ਤਰ੍ਹਾਂ ਬੱਚਿਓ ਜਿਹੜੀਆਂ ਡੁਹਾਈਆਂ ਨੇ ਉਹ ਕਿਸੇ ਲੈਵਲ ਤੋਂ ਨਾਪੀਆਂ ਜਾਂਦੀਆਂ ਨੇ ਤੇ ਉਹ ਹੈਗਾ ਸੀ ਲੈਵਲ ਉਚਾਈਆਂ ਵੀ ਕਿਸੇ ਲੈਵਲ ਤੋਂ ਨਾਪੀਆਂ ਜਾਂਦੀਆਂ ਜਿਵੇਂ ਕਿਨਾ ਕਿ ਇਹ ਫਲਾਨਾ ਹਿਲ ਸਟੇਸ਼ਨ ਇਹ ਪਹਾੜੀ ਘੁੰਮਣ ਫਿਰਨ ਦਾ ਇਲਾਕਾ ਸੈਰਸ ਪੱਟੇ ਦਾ ਇਲਾਕਾ ਇਹ 2000 ਫੁੱਟ ਉੱਚਾ ਹੈ ਤੇ ਕਿਤੋਂ ਉੱਚਾ ਹੈ ਜੋ ਸੀ ਲੈਵਲ ਤੋਂ ਨਾਪਿਆ ਜਾਂਦਾ ਹੈ ਜਾਂ ਅਸੀਂ ਕਹੀਏ ਕਿ ਇਹ ਜਿਹੜੀ ਨਦੀ ਹੈ ਇਹ 700 ਫੁੱਟ ਡੂੰਗੀ ਹੈ ਤੇ ਡੂੰਗੀ ਕਿੰਨੀ ਹੈ ਅਰਥਾਤ ਉਹ ਸੀ ਲੈਵਲ ਤੋਂ ਥੱਲੇ ਨੂੰ ਨਾਪਿਆ ਗਿਆ ਤੇ ਉਹ 700 ਫੁੱਟ ਹੈਗੀ ਹੈ ਸੋ ਇਸ ਤਰ੍ਹਾਂ ਮਤਲਬ ਕੀ ਹੈ ਸੀ ਲੈਵਲ ਜਿਹੜਾ ਹੈ ਇੱਕ ਕਿਸਮ ਦਾ ਸਾਡਾ ਰੈਫਰੈਂਸ ਹੈ ਠੀਕ ਹੈ ਸੋ ਇਹਨੂੰ ਕਿਹਾ ਜਾਂਦਾ ਹੈ ਲੈਵਲ ਆਫ ਓਸ਼ੀਅਨ ਸਰਫੇਸ ਜਾਂ ਸਮੁੰਦਰ ਦਾ ਤਲ ਦੂਜੀ ਗੱਲ ਹੈ ਅਚੀਵਮੈਂਟ ਮੂਲ ਸ਼ਬਦ ਹੈਗਾ ਅਚੀਵ ਅਰਥਾਤ ਪ੍ਰਾਪਤੀ ਕਰਨੀ ਤੇ ਅਚੀਵਮੈਂਟ ਮਨੇ ਪ੍ਰਾਪਤੀ ਹੈ ਨਾਉਨ ਹੈਗਾ ਨਾਮ ਹੈਗਾ ਸੋ ਇਹਦਾ ਦੂਜਾ ਸ਼ਬਦ ਤੁਸੀਂ ਯਾਦ ਕਰ ਸਕਦੇ ਹੋ ਅਕੰਪਲਿਸ਼ਮੈਂਟ ਅਚੀਵਮੈਂਟ ਦਾ ਮਤਲਬ ਵੀ ਪ੍ਰਾਪਤੀ ਹੁੰਦਾ ਹੈ ਅਕੰਪਲਿਸ਼ਮੈਂਟ ਦਾ ਮਤਲਬ ਵੀ ਪ੍ਰਾਪਤੀ ਹੁੰਦਾ ਹੈ ਅਗਲਾ ਆ ਗਿਆ ਫੀਟ ਅਗਰ ਜੋ ਪ੍ਰਾਪਤੀ ਥੋੜੀ ਵੱਡੀ ਕਿਸਮ ਦੀ ਹੋਵੇ ਜਿਆਦਾ ਮਿਲਕੀ ਧਿਆਨ ਖਿੱਚਣ ਵਾਲੀ ਹੋਵੇ ਜਿਆਦਾ ਔਖੀ ਮਿਲਕੀ ਔਖੇ ਢੰਗ ਨਾਲ ਪ੍ਰਾਪਤ ਕੀਤੀ ਹੋਵੇ ਤੇ ਉਹਨੂੰ ਅਸੀਂ ਫੀਟ ਕਰ ਲੈਂਦੇ ਆ ਅਰਥਾਤ ਅ ਨੋਟੇਬਲ ਨੋਟੇਬਲ ਮੈਨੇ ਜ਼ਿਕਰਯੋਗ ਅ ਨੋਟੇਬਲ ਅਚੀਵਮੈਂਟ ਮੈਨੇ ਜ਼ਿਕਰਯੋਗ ਪ੍ਰਾਪਤੀ ਜਾਂ ਅਸੀਂ ਕਹਿੰਨੇ ਕਾਰਨਾਮਾ ਜਾਂ ਮਾਰਕਾ ਮਾਰਿਆ ਠੀਕ ਹੈ ਸੋ ਤੀਜਾ ਬੱਚਿਓ ਅਗਲਾ ਹੈਗਾ ਇਹ ਸ਼ਬਦ ਕਲਾਈਮਬਰ ਟੂ ਕਲਾਈਮ ਮੈਨੇ ਚੜਨਾ ਕਲਾਈਮਬਰ ਮੈਨੇ ਚੜਨ ਵਾਲਾ ਸੋ ਸਮਵਨ ਹੂ ਕਲਾਈਮਸ ਕੋਈ ਵੀ ਜੋ ਉੱਪਰ ਚੜਦਾ ਹੈ ਉਹਨੂੰ ਕਿਹਾ ਜਾਂਦਾ ਹੈ ਕਲਾਈਮਬਰ ਸੋ ਉੱਪਰ ਚੜਨ ਵਾਲਾ ਫਿਰ ਆ ਗਿਆ ਮਾਉਂਟੇਨিয়ার ਹੁਣ ਮਾਉਂਟੇਨিয়ার ਵੀ ਇੱਕ ਕਿਸਮ ਦਾ ਕਲਾਈਮਬਰ ਹੀ ਹੁੰਦਾ ਪਰ ਜੋ ਮਾਉਂਟੇਨ ਤੇ ਕਲਾਈਮ ਕਰਦਾ ਹੈ ਉਹਨੂੰ ਉਸੇ ਕਹਿੰਦੇ ਨੇ ਮਾਉਂਟੇਨিয়ার ਸੋ ਇਹ ਸ਼ਬਦ ਬਣ ਗਿਆ ਇਹ ਵੀ ਨਾਉਨ ਹੈਗਾ ਇਹ ਮਾਉਂਟੇਨ ਕਲਾਈਮਬਰ ਅਰਥਾਤ ਪਹਾੜਾਂ ਤੇ ਚੜਨ ਵਾਲਾ ਸ਼ੌਕੀਆ ਤੌਰ ਤੇ ਪਹਾੜਾਂ ਤੇ ਚੜਨ ਵਾਲਾ ਠੀਕ ਹੈ ਫਿਰ ਆ ਗਿਆ ਸਮਿਟ ਹੁਣ ਬੱਚਿਓ ਸਮਿਟ ਸ਼ਬਦ ਇਹ ਨਾਮ ਤੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਵਰਬ ਤੇ ਤੌਰ ਤੇ ਵੀ ਵਰਤਿਆ ਜਾਂਦਾ ਤੁਸੀਂ ਸੈਂਟੈਂਸ ਦੇਖੋ ਕੀ ਲਿਖਿਆ ਸਾਡੇ ਲਸਣ ਵਿੱਚ ਦੀ ਫਰਸਟ ਇੰਡੀਅਨ ਟੂ ਸਬਮਿਟ ਟੂ ਸਬਮਿਟ ਮਨੇ ਪਹੁੰਚਣ ਵਾਲਾ ਕਿਤੇ ਟੂ ਪੀਕ ਟੌਪ ਸ਼ਿਖਰ ਚੋਟੀ ਚੋਟੀ ਤੇ ਪੁਜਣਾ ਸਬਮਿਟ ਇਹ ਵਰਬ ਹੈਗੀ ਕਿਰਿਆ ਹੈਗੀ ਹੈ ਤੇ ਸਬਮਿਟ ਨੂੰ ਅਸੀਂ ਨਾਮ ਵਜੋਂ ਨਾਉਨ ਵਜੋਂ ਵੀ ਵਰਤਿਆ ਜਾ ਸਕਦਾ ਹੈ ਜਿੱਦਾਂ ਮੈਂ ਕਹਾਂਗੀ ਕਿ ਦੀ ਸਬਮਿਟ ਆਫ ਐਵਰੈਸਟ ਇਜ਼ ਦੀ ਹਾਈਐਸਟ ਪੁਆਇੰਟ ਔਨ ਦੀ ਅਰਥ ਠੀਕ ਹੈ ਕਿ ਐਵਰੈਸਟ ਦੀ ਚੋਟੀ ਜਿਹੜੀ ਹੈ ਉਹ ਸਭ ਤੋਂ ਉੱਚੀ ਬਿੰਦੂ ਹੈਗੀ ਹੈ ਧਰਤੀ ਦੇ ਉੱਤੇ ਸੋ ਸਬਮਿਟ ਦਾ ਮਤਲਬ ਬੱਚਿਓ ਚੋਟੀ ਜਾਂ ਸ਼ਿਖਰ ਵੀ ਹੁੰਦਾ ਹੈ ਤੇ ਸਮਿਟ ਦਾ ਮਤਲਬ ਸ਼ਿਖਰ ਜਾਂ ਚੋਟੀ ਤੇ ਚੜਨਾ ਵੀ ਹੁੰਦਾ ਹੈ ਉੱਤੇ ਪੁੱਜਣਾ ਵੀ ਹੁੰਦਾ ਹੈ ਵੀ ਸ਼ਿਖਰ ਤੇ ਪੁੱਜ ਜਾਣਾ ਉਹਨੂੰ ਕਿਹਾ ਜਾਂਦਾ ਟੂ ਸਮਿਟ ਸੋ ਇਹ ਹੈਗੀ ਵਰਬ ਠੀਕ ਹੈ ਫਿਰ ਅਗਾ ਸਕੇਲ ਸਕੇਲ ਵੀ ਬੱਚਿਓ ਨਾਉਨ ਦੇ ਤੌਰ ਤੇ ਵਰਤਿਆ ਜਾਂਦਾ ਤੇ ਵਰਬ ਦੇ ਤੌਰ ਤੇ ਵਰਤਿਆ ਜਾਂਦਾ ਠੀਕ ਹੈ ਸੋ ਸਕੇਲ ਮਨੇ ਵਰਬ ਇਥੇ ਸਾਡੀ ਕਿਤਾਬ ਚੋ ਚੈਪਟਰ ਚ ਵਰਤਿਆ ਗਿਆ ਵਰਬ ਵਰਤਿਆ ਗਿਆ ਕਲਾਈਮ ਅਪ ਉੱਪਰ ਚੜਨਾ ਔਖੇ ਹੋ ਕੇ ਔਖਾ ਹੋ ਕੇ ਉਚਾਈ ਤੇ ਜਾਣਾ ਸੋ ਸਕੇਲ ਮਨੇ ਕਾਂਦ ਨੂੰ ਚੜਨਾ ਵੀ ਹੋ ਸਕਦਾ ਹੈ 스ਕੈਲਿੰਗ ਅ ਟਰੀ ਰੁੱਖ ਤੇ ਚੜਨਾ ਵੀ 스ਕੇਲ ਕਿਹਾ ਜਾ ਸਕਦਾ ਹੈ ਪਹਾੜ ਤੇ ਚੜਨਾ ਵੀ 스ਕੇਲਿੰਗ ਕਿਹਾ ਜਾਂਦਾ ਸੋ 스ਕੇਲ ਦਾ ਮਤਲਬ ਐਕਚੁਅਲੀ ਹੈ ਕਲਾਈਮ ਅਪ ਉੱਪਰ ਚੜਨਾ ਠੀਕ ਹੈ ਅਗਲੀ ਬੱਚੇ ਆ ਗਈ ਗੱਲ ਐਕਸਪੈਡੀਸ਼ਨ ਐਕਸਪੈਡੀਸ਼ਨ ਐ ਵੀ ਨਾਉਨ ਐ ਨਾਮ ਹੈਗਾ ਆ ਜਰਨੀ ਸਫਰ ਆਰਗੇਨਾਈਜ਼ਡ ਜਿਹੜੀ ਆਰਗੇਨਾਈਜ਼ ਕੀਤੀ ਗਈ ਹੈ ਜਿਹੜੀ ਜਥੇਬੰਦ ਕੀਤੀ ਗਈ ਹੈ ਫਾਰ ਅ ਪਟਿਕੂਲਰ ਪਰਪਸ ਕਿਸੇ ਖਾਸ ਕੰਮ ਲਈ ਜਦੋਂ ਜਥੇਬੰਦ ਹੋ ਕੇ ਬੰਦੇ ਕਿਸੇ ਖਾਸ ਕਮ ਲਈ ਖਾਸ ਮਕਸਦ ਲਈ ਜਾਂਦੇ ਨੇ ਫਿਰ ਉਹਨੂੰ ਕੀ ਆ ਜਾਂਦਾ ਐਕਸਪੈਡੀਸ਼ਨ ਅਰਥਾਤ ਇਹਨੂੰ ਸੀਗਾ ਕਹਿ ਸਕਦੇ ਆ ਪੰਜਾਬੀ ਵਿੱਚ ਮੁਹਿਮ ਜਾਂ ਚੜਾਈ ਠੀਕ ਹੈ ਅਗਲਾ ਸ਼ਬਦ ਦੇਖੀਏ ਅਗਲਾ ਆ ਗਿਆ ਬੱਚੇ ਫੈਲੀਸੀਟੇਟਿਡ ਫੈਲੀਸੀਟੇਟਿਡ ਵਰਬ ਹੈਗੀ ਹੈ ਤੇ ਪਾਸਟ ਟੈਂਸ ਹੈਗਾ ਸੈਕੰਡ ਫਾਰਮ ਹੈਗੀ ਥਰਡ ਫਾਰਮ ਯੂਜ਼ ਕੀਤੀ ਹੈ ਸੈਕੰਡ ਥਰਡ ਇੱਕੋ ਹੈਗਾ ਦੇ ਵਰ ਫੈਲੀਸੀਟੇਟਿਡ ਅਰਥਾਤ ਦੇ ਵਰ ਕੰਗਰਚੂਲੇਟਿਡ ਅਰਥਾਤ ਵਧਾਈ ਦਿੱਤੀ ਜਾਂ ਨਿਵਾਜਿਆ ਠੀਕ ਹੈ ਸੋ ਫੈਲੀਸੀਟੇਟਡ ਦਾ ਮਤਲਬ ਹੈ ਇਹ ਵਰਬ ਦੇ ਤੌਰ ਤੇ ਵਰਤਿਆ ਗਿਆ ਹੈ ਫੈਲੀਸੀਟੇਟ ਮਤਲਬ ਹੁੰਦਾ ਹੈ ਵਧਾਈ ਦੇਣੀ ਜਾਂ ਨਿਵਾਜਣਾ ਸਤਿਕਾਰ ਦੇਣਾ ਡੈਡੀਕੇਟਡ ਡੈਡੀਕੇਟਡ ਦੀ ਜਗ੍ਹਾ ਤੁਸੀਂ ਡਿਵੋਟਡ ਲਿਖ ਸਕਦੇ ਹੋ ਠੀਕ ਹੈ ਤੇ ਇਹਨੂੰ ਇਹਨੇ ਸਮਰਪਿਤ ਕੀਤਾ ਡੈਡੀਕੇਟ ਸਮਰਪਿਤ ਕਰਨਾ ਡੈਡੀਕੇਟਡ ਸਮਰਪਿਤ ਕੀਤਾ ਟਰੈਕ ਨਾਉਨ ਹੈਗਾ ਨਾਮ ਹੈਗਾ ਇਹਦਾ ਮਤਲਬ ਹੈ ਲੌਂਗ ਐਂਡ ਡਿਫਿਕਲਟ ਟ੍ਰਿਪ ਔਖਾ ਲੰਮਾ ਪੈਂਡਾ ਜਿਲੇ ਬੰਦਾ ਬਹੁਤ ਕੋਈ ਸ਼ੌਕੀਆ ਤੌਰ ਤੇ ਜਾਵੇ ਟੈਡੀ ਮਿਡੇ ਰਾਤੇ ਜਾਵੇ ਔਖਾ ਕੇ ਜਾਵੇ ਲੰਮਾ ਹੋ ਕੇ ਇਸ ਸੈਟਸਪਟੇਰੇ ਤੌਰ ਤੇ ਜਾਂ ਆਪਣਾ ਇਹ ਰੋਮਾਂਚ ਵਾਸਤੇ ਕਰੇ ਤੇ ਅਸੀਂ ਉਹਨੂੰ ਟਰੈਕ ਕਹਿ ਦਿੰਦੇ ਹਾਂ ਠੀਕ ਹੈ ਜਿਹੜਾ ਸਫਰ ਥੋੜਾ ਔਖਾ ਹੋਵੇ ਲੰਮਾ ਹੋਵੇ ਉਹਨੂੰ ਅਸੀਂ ਟਰੈਕ ਕਹਿ ਦਿੰਦੇ ਹਾਂ ਐਕਲੀਮਟਾਈਜੇਸ਼ਨ ਆ ਦੇਖੋ A डबल ਸੀ ਹੈਗਾ ਐਕਲੀਮਟਾਈਜੇਸ਼ਨ ਇਹ ਵੀ ਨਾਉਨ ਹੈਗਾ ਨਾਮ ਹੈਗਾ ਇਹਦਾ ਮਤਲਬ ਕੀ ਐਡਾਪਟੇਸ਼ਨ ਐਡਾਪਟੇਸ਼ਨ ਮੈਨ ਹੁੰਦਾ ਢਾਲਣਾ ਨਿਊ ਕਲਾਈਮੇਟ ਨਵੇਂ ਮੌਸਮ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਢਾਲਣਾ ਠੀਕ ਹੈ ਇਹਨੂੰ ਅਸੀਂ ਕਹਿ ਸਕਦੇ ਹਾਂ ਪੰਜਾਬੀ ਵਿੱਚ ਅਨੁਕੂਲਨ ਠੀਕ ਹੈ ਅਨੁਕੂਲਨ ਆਓ ਅੱਗੇ ਚਲੀਏ ਆਖਰੀ ਸਲਾਈਡ ਆ ਗਈ ਸਾਡੀ ਸਟਾਰਵਡ ਇਹ ਬੱਚੋ ਐਡਜੈਕਟਿਵ ਹੈਗਾ ਇਹ ਵਿਸ਼ੇਸ਼ਣ ਹੈਗਾ ਇਹਦਾ ਜਗਾ ਤੁਸੀਂ ਸ਼ਬਦਿਕ ਦੇਖੋ ਨਵਾਂ ਵਰਸਾ ਦੇ ਫੈਮਿਸਟ ਫੈਮਿਸਟ ਮੀਨਸ ਭੁੱਖ ਵਾਲੀ ਥੜ ਵਾਲੀ ਅਵਸਥਾ ਵਿੱਚ ਸਟਾਰਵਡ ਓਕੇ ਨਾ ਆਕਸੀਜਨ ਸਟਾਰਵਡ ਹਾਈਟਸ ਅਰਥਾਤ ਆਕਸੀਜਨ ਦੀ ਥੜ ਵਾਲੀਆਂ ਉਚਾਈਆਂ ਭੁੱਖ ਵਾਲੀ ਮਤਲਬ ਕਿ ਜਿੱਥੇ ਬੰਦਾ ਰੱਜਿਆ ਨਾ ਹੋਵੇ ਪ੍ਰਾਪਤ ਮਾਤਰਾ ਵਿੱਚ ਕੋਈ ਚੀਜ਼ ਨਾ ਹੋਵੇ ਤਦ ਅਸੀਂ ਸਟਾਰਵਡ ਦੀ ਗੱਲ ਕਰਦੇ ਹਾਂ ਸਟਾਰਵਡ ਠੀਕ ਹੈ ਤੇ ਸਟਾਰਵ ਨੇ ਭੁੱਖ ਬਹੁਤ ਬੁਰੀ ਤਰ੍ਹਾਂ ਭੁੱਖ ਲੱਗਣੀ ਉਹਦੇ ਲਈ ਵਰਤਿਆ ਜਾਂਦਾ ਜਿੱਦਾਂ ਮੈਂ ਕਹਾਂ ਆਮ ਤੌਰ ਤੇ ਅਸੀਂ ਕਹਿੰਦੇ ਨੇ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਕਵਾਂਗਾ ਆਮ ਹੈਂਗਰੀ ਤੇ ਜੇ ਮੈਂ ਕਹਿਣਾ ਹੋਵੇ ਮੇਰੀ ਭੁੱਖ ਨਾਲ ਜਾਨ ਨਿਕਲੀ ਜਾ ਰਹੀ ਹੈ ਤੇ ਮੈਂ ਕਹਾਂਗਾ ਆਮ ਸਟਾਰਵਿੰਗ कि मैं भूखा ना मरदा जा रहे हां तादसी कह देने स्टारविंग सो स्टारव स्टारवेशन जेडी हुंदी है वो भूख दी प्राप्त मात्रा ਵਿੱਚ ਕਿਸੇ ਚੀਜ਼ ਦੀ ਨਾ ਮਿਲਣ ਦੀ ਅਵਸਥਾ ਨੂੰ ਕਿਹਾ ਜਾਂਦਾ ਹੈ ਸਟਾਰਵੇਸ਼ਨ ਸੋ स्टारव ਜੋ ਉਸ ਅਵਸਥਾ ਦਾ ਸ਼ਿਕਾਰ ਹੈ ਠੀਕ ਹੈ ਤੇ ਅਗਲਾ ਆ ਗਿਆ ਉਹ ਸ਼ਬਦ ਡੈਟਰ ਡੈਟਰ ਰ ਰਾਰਾ ਬਿਲਕੁਲ ਸਾਇਲੈਂਟ ਹੈਗਾ ਡੈਟਰ ਠੀਕ ਹੈ ਵਰਬ ਸੋ ਇਰਾਣੀ डिस्करेज अर्थात ਰੋਕਣਾ ਜਾਂ ਹੋੜਨਾ ਠੀਕ ਹੈ ਫਿਰ ਆ ਗਿਆ ਐਡਵੈਂਚਰਸ ਜਿਹੜਾ ਇਹ ਸ਼ਬਦ ਹੈ ਇਹ ਵੀ ਬੱਚੋ ਐਡਜੈਕਟਿਵ ਹੈਗਾ ਵਿਸ਼ੇਸ਼ਣ ਹੈਗਾ ਇਹਦਾ ਨਾ ਡੇਰਿੰਗ ਡੇਰਿੰਗ ਮਨੇ ਬਹਾਦਰ ਕੋਈ ਗੱਲ ਨਹੀਂ ਖਤਰਾ ਮੋਲ ਲੈਣ ਵਾਲਾ ਬੰਦਾ ਸਪੋਰਟਿੰਗ ਬੜੀ ਜੋ ਇਦਾਂ ਦੇ ਖੇਡਣਾ ਖੁੱਡਣਾ ਚੜਨਾ ਕਲਾਵੱਜੀਆਂ ਖਾਣੀਆਂ ਮਤਲਬ ਕਿ ਹੋਰ ਟੈਡੀ ਮੇਡੇ ਕੰਮ ਕਰਨੇ ਰਿਸਕ ਵਾਲੇ ਕੰਮ ਕਰਨੇ ਉਦਨੇ ਵੱਡਾ ਉਹ ਮੋਹਰੇ ਹੋ ਕੇ ਕਰਦਾ ਉਹਨੂੰ ਸਪੋਰਟਿੰਗ ਕਹਿੰਦੇ ਨੇ ਡੇਰਿੰਗ ਸਪੋਰਟਿੰਗ ਬਰੇਵ ਬਹਾਦਰ ਸੋ ਸੀ ਨੂੰ ਪੰਜਾਬੀ ਸ਼ਬਦ ਕਹਿ ਸਕਦੇ ਆ ਐਡਵੈਂਚਰਰਸ ਦੇ ਹਿੰਮਤੀ ਉਤਸ਼ਾਹੀ ਜੋਖਮ ਭਰਿਆ ਸੋ ਪਿਆਰੇ ਵਿਦਿਆਰਥੀਓ ਐਸੀ ਤੁਹਾਡੀ ਐਕਟੀਵਿਟੀ ਨੰਬਰ 1 ਪ੍ਰੀ ਰੀਡਿੰਗ ਹਾਂ ਦੇਖੋ ਕਿੰਨੇ ਸਾਰੇ ਸ਼ਬਦ ਨੇ ਜੇ ਤੁਸੀਂ ਇਹਨਾਂ ਨੂੰ ਨੋਟ ਕਰ ਲਓ ਇਹਨਾਂ ਨੂੰ ਬਾਰ-ਬਾਰ ਰਿਪੀਟ ਕਰੋ ਯਾਦ ਕਰੋ ਤੇ ਵਰਤਨ ਦੀ ਜਾਹ ਸਿੱਖੋ ਤੇ ਤੁਹਾਡੀ ਅੰਗਰੇਜ਼ੀ ਵਿੱਚ ਮੁਹਾਰਤ ਬਹੁਤ ਵਧੀਆ ਹੋ ਜਾਏਗੀ ਸੋ ਬੱਚਿਓ ਇਹਦਾ ਪੜਾਦਰ ਪੜਾ ਜੇ ਤੁਹਾਡੀਆਂ ਜਿਹੜੀ ਸਕੂਲ ਦੀ ਕਿਤਾਬਾਂ ਨੇ ਲੈਸਨ ਨੇ ਜੇ ਲੈਸਨ ਦੀ ਕਿਤਾਬਾਂ ਸਕੂਲ 'ਚ ਲੱਗੀਆਂ ਜੜੀਆਂ ਜੇ ਤੁਸੀਂ ਇਹਨਾਂ ਨੂੰ ਹੀ ਦਾਹ ਦੇ ਨਾਲ ਰੀਜ ਦੇ ਨਾਲ ਮਤਲਬ ਕਿ ਲਗਨ ਦੇ ਨਾਲ ਪੜਨਾ ਸ਼ੁਰੂ ਕਰ ਦਿਓ ਜੋ ਅਸੀਂ ਤੁਹਾਡੇ ਲਈ ਤਿਆਰ ਕਰਕੇ ਪੇਸ਼ ਕਰਦੇ ਹੀ ਜਾ ਰਹੇ ਹਾਂ ਸੋ ਜੇ ਤੁਸੀਂ ਇਹਨੂੰ ਧਿਆਨ ਨਾ ਕਰ ਲੋ ਤੇ ਤੁਹਾਨੂੰ ਬਾਹਰ ਲੀਆਂ ਹੋਰ ਫालतू ਦੀਆਂ ਕਿਤਾਬਾਂ ਤੇ ਜ਼ਿਆਦਾ ਪੈਸਾ ਇਸਮੇ ਖਰਚਣ ਦੀ ਲੋੜ ਨਹੀਂ ਹੈਗੀ ਇਹ ਕਿਤਾਬਾਂ ਚੋਂ ਹੀ ਤੁਹਾਨੂੰ ਬਹੁਤ ਸਾਰਾ ਜਿਹੜਾ ਗਿਆਨ ਦਾ ਭੰਡਾਰ ਜਿਹੜਾ ਹੈ ਉਹ ਮਿਲ ਜਾਏਗਾ ਬਸ ਅਰਤੇ ਤੁਸੀਂ ਇਹਨਾਂ ਨੂੰ ਖੋਲ ਕੇ ਦਾਣਾ ਪੜੋ ਤੇ ਬਾਕੀ ਤੁਹਾਡੀ ਸਹਾਇਤਾ ਲਈ ਅਸੀਂ ਇਹ ਲੈਸਨ ਤੇ ਤਿਆਰ ਕਰਕੇ ਪੇਸ਼ ਕਰਦੇ ਹੀ ਜਾ ਰਹੇ ਹਾਂ ਸਿਰ ਤੁਸੀਂ ਵੱਧ ਤੋਂ ਆ ਦੇ ਇਹਨਾਂ ਦਾ ਲਹਾ ਲੋ ਸੋਈਸੀ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ ਲਗਨ ਦੇ ਨਾਲ ਨਿਯਮ ਦੇ ਨਾਲ ਆਪਣੀ ਪੜਾਈ ਕਰੀ ਜਾਓ ਅੱਗੇ ਵਧੀ ਜਾਓ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ